ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ। ਅੱਜ ਪਿੰਡ ਕੰਮਿਆਣੇ ਦੇ ਵਿੱਚ ਖੜ੍ਹੇ ਹਾਂ, ਆਪਣੇ ਨਾਲ ਕਿਸਾਨ ਵੀਰ ਖੜ੍ਹੇ ਆ ਜਿਹੜੇ ਅੱਜ 3 ਸਾਲ ਤੋਂ ਔਰਗੈਨਿਕ ਖੇਤੀ ਦੀ ਕਾਸ਼ਤ ਕਰ ਰਹੇ ਆ। ਝੋਨੇ 'ਚ ਵੀ ਬਿਲਕੁਲ ਨਹੀਂ ਉਹ ਯੂਰੀਆ ਡਾਈ ਮਾੜੀ ਮੋਟੀ ਨਾ ਮਾਤਰੀ ਵਰਤਦੇ ਆ। ਅਤੇ ਕਣਕ ਦੇ ਵਿੱਚ ਆਪਾਂ ਉਹਨਾਂ ਕਰਨਵੀਰ ਸਿੰਘ ਨਾਲ ਗੱਲ ਕਰਦੇ ਹਾਂ ਕੰਮਿਆਣੇ ਤੋਂ, ਵੀ ਉਹਨਾਂ ਨੇ ਵਿੱਚ ਯੂਰੀਆ ਕਿੰਨੀ ਪਾਈ ਆ ਅਤੇ ਡਾਈ ਕਿੰਨੀ ਪਾਈ ਆ ਜਾਂ ਕੋਈ ਸਪਰੇਅ ਜਿਹੜੀ ਕੀਤੀ ਆ ਕੋਈ ਕੀਤੀ ਕਿ ਨਹੀਂ ਕੀਤੀ। ਬਾਈ ਜੀ, ਯੂਰੀਆ ਅਤੇ ਡਾਈ ਤੋਂ ਬਿਨਾਂ ਰਹਿਤਾ ਅਤੇ ਨਾ ਕੋਈ ਕੈਮੀਕਲ ਵਰਤਦੇ ਆ। ਮੈਨੂੰ 4 ਸਾਲ ਹੋ ਗਏ ਖੇਤੀ ਕਰਦੇ ਨੂੰ ਅਤੇ ਸਾਰੇ ਪਰਹੇਜ਼ ਆ ਇਸ ਚੀਜ਼ਾਂ ਤੋਂ। ਅਸੀਂ ਚੌਥਾ ਸਾਲ ਹੋ ਗਿਆ। ਹਾਂਜੀ, ਅਤੇ ਇਹਦੇ ਵਿੱਚ ਯੂਰੀਆ ਕਿੰਨੀ ਕੁ ਪਈ ਆ? ਕੋਈ ਵੀ ਨਹੀਂ ਬਾਈ ਜੀ, ਨਾ ਮਾਤਰੀ ਪਾਈ ਨਾ ਮਾਤਰ। ਅਸੀਂ ਬਾਇਓ ਦੇ ਪ੍ਰੋਡਕਟ ਹੀ ਪਾਉਂਦੇ ਹਾਂ ਬਾਈ ਜੀ। ਅੱਛਾ, ਮਾਈਕੋ ਰਾਜਾ ਆਉਂਦਾ ਇਹਨਾਂ ਦਾ। ਅਤੇ ਦੂਜੇ ਨੰਬਰ 'ਤੇ ਸਪਰੇਅ ਜਿਹੜੀ ਕੋਈ ਕੈਮੀਕਲ ਵਾਲੀ ਨਹੀਂ, ਉਹ ਵੀ ਨਹੀਂ ਕੀਤੀ ਜੀ। ਅੱਛਾ ਅੱਛਾ, ਕੋਈ ਸਪਰੇਅ ਨਹੀਂ ਕੀਤੀ? ਨਹੀਂ, ਕੋਈ ਨਹੀਂ ਸਪਰੇਅ ਕਰਦੇ। ਦੋਸਤੋ, ਆਹ ਕਣਕ ਤੁਸੀਂ ਵੇਖ ਸਕਦੇ ਹੋ, ਇਹਦਾ ਛਿੱਟਾ ਵੇਲੋ ਉਹ ਜੇ ਕਣਕਾਂ 'ਚ ਯੂਰੀਆ ਪਾਈ ਹੋਵੇ ਤਾਂ ਬਹੁਤ ਮੋਟਾ ਛਿੱਟਾ ਹੁੰਦਾ, ਲੰਮਾ ਹੁੰਦਾ। ਇਹ ਨਿੱਕੇ ਨਿੱਕੇ ਛਿੱਟੇ ਆ, ਤੁਹਾਨੂੰ ਆਪ ਹੀ ਪਤਾ ਲੱਗ ਜਾਂਦਾ ਵੀ ਹਾਂ ਜਿਹੜੀ ਔਰਗੈਨਿਕ ਹੈਗੀ ਆ ਉਹ ਛਿੱਟਾ ਨਹੀਂ ਵੱਡਾ ਹੋਊਗਾ, ਛਿੱਟਾ ਛੋਟਾ ਹੋਊਗਾ। ਅਤੇ ਕਣਕ ਦਾ ਵੇਖੋ ਇੱਕੋ ਜਿਹੀ ਖੜੀ ਆ ਜਾਵਾਂ। ਹੋਰ ਕਰਨਵੀਰ ਜੀ, ਜੇ ਤੁਹਾਡੇ ਨਾਲ ਕੋਈ ਸਪਰਕ ਕਰਨਾ ਹੋਵੇ ਤਾਂ ਤੁਸੀਂ ਆਪਦਾ ਨੰਬਰ ਬੋਲ ਸਕਦੇ ਹੋ। ਮੇਰਾ ਨੰਬਰ ਜੀ ਹੈਗਾ 98 155 65 0 62। ਅਤੇ ਤੁਹਾਡਾ ਪਿੰਡ ਕੰਮਿਆਣਾ? ਜ਼ਿਲ੍ਹਾ ਫਰੀਦਕੋਟ ਆ ਜੀ। ਜ਼ਿਲ੍ਹਾ ਫਰੀਦਕੋਟ, ਹਾਂਜੀ ਹਾਂਜੀ। ਜੇ ਸੁਵੀਰ ਭਰਾ ਨੇ ਲੈਣੀ ਹੋਵੇ ਇਸ ਨੰਬਰ 'ਤੇ ਕਨੈਕਟ ਕਰ ਸਕਦਾ। ਮੇਰਾ ਨੰਬਰ ਵੀਰੇ ਹੈਗਾ 84271 93 799। ਅਸੀਂ ਉਹ ਵੀਡੀਓ 'ਤੇ ਥੱਲੇ ਵੀ ਨੰਬਰ ਲਿਖ ਕੇ ਪਾ ਦਿਆਂਗੇ, ਜੇ ਕਿਸੇ ਨੇ ਸਫਰ ਕਰਨਾ ਹੋਵੇ ਤਾਂ ਕਰ ਸਕਦਾ। ਥੈਂਕ ਯੂ ਜੀ।